ਤੇ ਪਿਆਰੇ ਭੈਣ ਭਰਾਵੋ ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ ਹੋਣ ਵਾਲੀ ਆ ਕਿ ਗਰਮੀ ਵੀ ਕਾਫੀ ਜ਼ਿਆਦਾ ਤੇ ਅਸੀਂ ਆਪਣੇ ਭੈਣਾਂ ਭਰਾਵਾਂ ਨਾਲ مشورہ ਕਰਨਾ ਕਿ ਮੈਂ ਨਾ ਥੋੜਾ ਜਿਹਾ ਇੱਕ ਚੁੱਲ੍ਹਾ ਤੇ ਇੱਕ ਛੋਟੀ ਜਿਹੀ ਤਵੀ ਹੋਰ ਲਾਣੀ ਆ। ਗਰਮੀ ਦਾ ਮੌਸਮ ਆ ਤੇ ਉੱਥੇ ਬਰਾਮਦੇ 'ਚ ਬਹਿਣਾ ਹੁੰਦਾ ਤੇ ਉੱਥੇ ਫਿਰ ਖਾਣਾ ਪਕਾਉਣਾ ਦੁਪਹਿਰ ਨੂੰ ਔਖਾ ਹੋ ਜਾਂਦਾ ਤੇ ਭੈਣ ਭਰਾਵਾਂ ਨਾਲ مشورہ ਵੀ ਕਰਨਾ ਤੇ ਤੁਸੀਂ ਚੱਲ ਕੇ ਭਾਣ ਕੀ ਕਰਦਾ ਮੈਨੂੰ ਹੈ ਇਹ ਮਾਨੀ ਦਾ ਹੱਥ ਫੜਿਆ ਮਹਿਰਾਨ ਨੇ ਸੁਭਾਨ ਦਾ ਹੱਥ ਫੜਿਆ ਤੇ ਸੁੱਤੇ। मैं हूँ अपने सब्जी लिया शाम का टाइम हो गया तो सब्जी टींडे तोड़ के लिया माशाल्लाह देखो अपने कितने प्यारे टींडे जेड़े टमाटर मिर्चा भी हैं टींडे भी है तो मैं टींडा आ देख लो कि फ्रेश ताज़ा टींडे तो है फ्रेश मिर्चा आ है टमाटर तो अज असी पकाने लगे हाँ टींडे सारिया चीज़ा अपन ही टिंडे अजे है थोड़े थोड़े छोटे है कोई कोई है दाना जरा मोटा होया बाकी सुभान मेरे को खड़ा सुभान बहुते छोटे है कोई दो वे नहीं तो दाल पाते नहीं तो भर के पकाने पर हम टाइम भी थोड़ा तो बस हम अज ना जी सादा ही बनावे खैर करें मसाला वगैरह तैयार करके पहला तीन बजे चाह बनाई चाह चू पी के बर्तन साफ करके हटी सी तो उत्तों टाइम भी वाहवा हो गया सदी आजाद हो गई अल्लाह खैर करे तो मैं क्या हम रखना शाम वाहवा नेड़े लग गई मौसम पता इस टाइम खराब हो जाता हम फिर नेरी जी का बनिया बदल जो बने तेज हवा चलन नहीं तो मैं भी ना टाइम का क्योंकि मेरे किचन दरवाजा है नहीं मैं बंद करके हवा तो रोटी पका लेनी अपनी ठंडी मैं क्या टाइम का हो सके तपड़ा ना ਹਾਂਡੀ ਵੱਲ ਹੋਵਾਂ ਰੋਟੀ ਵੱਲ ਹੋਵਾਂ ਕਿਉਂਕਿ ਛੋਟੇ ਛੋਟੇ ਬੱਚੇ ਆ ਫਿਰ ਤੰਗ ਕਰਦੇ ਆ ਭੁੱਖ ਤੋਂ ਵੀ ਛੇਤੀ ਰੋਟੀ ਚਾਹੀਦੀ ਆ ਸਹੀ ਟਿੰਡੇ ਮਾਸ਼ਾਅੱਲਾ ਬੜੇ ਪਿਆਰੇ ਹਾਂ ਬਹੁਤ ਪਿਆਰੇ ਮਾਸ਼ਾਅੱਲਾ ਟਿੰਡੇ ਤੁਹਾਡੇ ਫਰੈਂਡ ਟਿੰਡੇ ਤਕਰੀਬਨ ਇਸੇ ਸਾਈਜ਼ ਲੰਮੇ ਨਾ ਜਿੱਦਾਂ ਫਿਰ ਬਣਾਵਾਂਗੇ ਭਰ ਕੇ ਸਹੀ ਉਦਾਂ ਬਣਾਵਾਂਗੇ ਆ ਕੋ ਵੱਡੇ ਹੋਣਗੇ ਦਾਦੀ ਨਾ ਹਾਂ ਜੈ ਦਾ ਬਾਤ ਜਰਾ ਕੋਈ ਨਹੀਂ ਅੱਜ ਚੱਲੇ ਟਿੰਡੇ ਬਣਨੇ ਸੀ ਟਿੰਡੇ ਸਹੀ ਹੈ ਮਜ਼ੇਦਾਰ ਹੈ ਬਣਨੇ चूचे अगे चूचे ले चूचे सारे ਅਸੀਂ ਫਿਰ ਇਸ ਵਜ੍ਹਾ ਤੋਂ ਸੈਂਟਰ ਦੇ ਨਹੀਂ ਕਰਦਾ ਹੁਣ ਲੈਣ ਨੂੰ ਅਸੀਂ ਤਕਰੀਬਨ ਦੋ ਤਿੰਨ ਵਾਰੀ ਲੈ ਇੰਨਾ ਜ਼ਿਆਦਾ ਸਾਡਾ ਨੁਕਸਾਨ ਹੋਇਆ ਨਾ ਚੂਚੇ ਨਹੀਂ ਹੋਇਆ ਤੋਂ ਤੇ ਕੋਈ ਤਾਂ ਮਸ਼ਰ ਐਡ ਜਾਂ ਨਹੀਂ ਨਹੀਂ ਕੁੱਲਾ ਢਾ ਕੇ ਨਾ ਇੱਥੇ ਆਲਾ ਬਣਾ ਲਈਏ ਤੇ ਉੱਤੇ ਭਾਂਡੇ ਰੱਖਣ ਨੂੰ ਉੱਥੇ ਚੁੱਲਾ ਬਣਾ ਲਈਏ ਇੱਕ ਦਿਨ ਜਿਹਨੇ ਕਿ ਸਵੇਰ ਸਵੇਰ ਟਾਈਮ ਬਣਾ ਲੈਣ ਦਾ ਉੱਤੇ ਬਣਾ ਲੈਣਾ ਸ਼ਾਮ ਨੂੰ ਹਾਂ ਛੋਟੀ ਛੋਟੀ ਗੱਲ ਕਰ ਲੈ ਤਵੀ ਬਣਾ ਲੈ ਤਵੀ ਉੱਥੇ ਲਾ ਲਵੇ ਹਾਂ ਲਾ ਇੱਥੇ ਉਹ ਜਿਹੜੇ ਜਿਹੜਾ ਖੁੱਡਾ ਹੈ ਉਹ ਪੁੱਟ ਕੇ ਨਾ ਉਹ ਤੇ ਭਾਂਡਿਆਂ ਵਾਸਤੇ ਉੱਤੇ ਰੱਖ ਕੇ ਨਾ ਐਵੇਂ ਬੰਦਾ ਉੱਤੇ ਰੱਖ ਕੇ ਭਾਂਡੇ ਦੇ ਉੱਤੇ ਰੱਖ ਦਿੰਦਾ तवी लग जा गर्मी बड़ी गर्मी हो जाती ਆਂਟੀ ਦੀ ਬੇਟੀ ਸਾਡੇ ਹਮਸਾਏ ਆ ਤੇ ਉਹਨਾਂ
ਇਹ ਕੀ ਪਾਣੀ ਪਹਿਲਾਂ ਪਾ ਲਿਆ ਵਿੱਚ? ਹਾਂ ਮੈਂ ਉੱਤੇ ਰੱਖ ਦੂੰਗੀ ਨਾ ਪੱਕਣੇ, ਜਦੋਂ ਪਾਣੀ ਖੁਸ਼ਕ ਹੋ ਜਾਏਗਾ ਤਾਂ ਫਿਰ ਮੈਂ ਘਿਓ ਪਾ ਕੇ ਹਰ ਚੀਜ਼ ਪਾ ਕੇ ਇਕੱਠਾ ਰੱਖ ਦੂੰਗੀ ਇੱਥੇ। ਸਹੀ ਘਿਓ ਪਾ ਕੇ ਪੈਰੇ ਪੈਰ ਭਰਾਵਾ ਮੇਰੀ ਇਹ ਸਲਾਹ ਕਿ ਕਿਉਂਕਿ ਗਰਮੀ ਦਾ ਮੌਸਮ ਆ ਤਾਂ ਬਰਾਂਡੇ 'ਚ ਬਹਿਣਾ ਥੋੜ੍ਹਾ ਸਵੇਰ ਸਵੇਰੇ ਔਖਾ ਹੁੰਦਾ, ਹਵਾ ਵੀ ਘੱਟ ਲੱਗਦੀ ਆ, ਅਤੇ ਮੇਰੇ ਖਿਆਲ 'ਚ ਇੱਕ ਤਾਂ ਚੂਚੇ ਸੀਗੇ ਉਹ ਹੈਗੇ ਖਤਮ ਹੋ ਉੱਦਾਂ ਹੀ, ਅਤੇ ਬਹੁਤ ਨੁਕਸਾਨ ਹੋਇਆ, ਕੁਛ ਮਰ ਮੁਰ ਗਏ ਆ, ਅਤੇ ਮੈਂ ਕਿਹਾ ਜੀ ਖੁੱਡਾ ਖਤਮ ਕਰਕੇ ਨਾ ਇੱਥੇ ਬਣਾ ਲਈਏ ਛੋਟੀ ਜਿਹੀ ਤਵੀ ਅਤੇ ਇੱਕ ਚੁੱਲ੍ਹਾ ਸਾਫ਼ ਜਗ੍ਹਾ ਕਰਕੇ ਨਾ, ਹਾਂ ਸਾਰੀ ਸਫਾਈ ਕਰਕੇ, ਆ ਮੰਜੀ ਟੁੱਟੀ ਆ ਵੀ ਬਣਵਾਉਣੀ ਆ ਹੁਣ ਨਵੀਂ, ਇਹਦੇ ਪਾਵੇ ਆਏ ਪਏ ਬਾਹੀਆਂ ਚਰਾਨੇ ਲੱਕੜ ਵੀ ਪਈ, ਭਾਂਡੇ ਰੱਖਣ ਵਾਸਤੇ ਅੱਛਾ ਬੱਦਲ ਆ ਗਿਆ, ਉਹ ਸੂਰਜ ਐਵੇਂ ਬਸ ਥੋੜਾ ਜਿਹਾ ਖੜਾ, ਬੱਦਲ ਆ ਗਿਆ, ਸ਼ਾਮ ਦਾ ਟਾਈਮ ਹੋ ਗਿਆ, ਟਾਈਮ ਨਾਲ ਕੰਮ ਨਿਬੇੜ ਲਾ, ਤੇ ਬਸ ਹੈ ਸਹੀ ਬੱਦਲ ਜਾਂ ਹਨੇਰੀ ਅੱਛਾ ਜੀ। ਬੇਗਮ ਸਾਹਿਬਾ ਟਿੰਡਿਆਂ ਦਾ ਸਾਲਣ ਬਣਾਉਣ ਡਈ ਹੈ, ਅਤੇ ਟਿੰਡੇ ਤੋਂ ਮਾਸ਼ਾਅੱਲਾ ਪੱਕਣ ਡੇ ਸਹੀ, ਕੂਲੇ ਕੂਲੇ ਟਿੰਡੇ ਸੀ ਅਤੇ ਸਹੀ ਪੱਕਣ ਗਏ ਨਾ, ਅਤੇ ਸ਼ਾਮ ਦਾ ਟਾਈਮ ਹੋ ਗਿਆ, ਬੱਚੇ ਬਾਹਰ ਖੇਡਣ ਡਏ। ਅੱਛਾ ਜੀ ਕੋਲੇ ਅਸੀਂ ਭਜਾ ਕੇ ਰੱਖ ਲਈਦੇ, ਇਸਤਰੀ ਵਾਸਤੇ ਕੰਮ ਦਿੰਦੇ ਐਵੇਂ ਡੇਲੀ ਜਿਹੜੇ ਕੋਲੇ ਵੀ ਹੁੰਦੇ ਉਹ ਅਸੀਂ ਭਜਾ ਕੇ ਰੱਖ ਲਈਦੇ, ਮਿੱਟੀ ਵਿੱਚ ਦੱਬਾ ਨਹੀਂ ਹੁੰਦੀ ਮੈਂ ਬਾਹਰ, ਅਤੇ ਫਿਰ ਬੁੱਝ ਜਾਂਦੇ ਆ, ਫਿਰ ਸਵੇਰ ਨੂੰ ਸ਼ਾਮੀ ਜਦੋਂ ਟਾਈਮ ਲੱਗੇ ਫਿਰ ਮੈਂ ਕੱਢ ਲੈਂਦੀ ਹੁੰਦੀ, ਅਤੇ ਸਾਡੇ ਟਿੰਡੇ ਵੀ ਤਿਆਰ ਹੋ ਗਏ ਨੇ ਮਾਸ਼ਾਅੱਲਾ ਬਹੁਤ ਪਿਆਰੇ ਤਿਆਰ ਹੋਏ, ਅਤੇ ਅੱਜ ਭੈਣ ਭਰਾਵੋ ਗੀ ਖਤਮ ਹੋਇਆ ਵਾ ਸੀ, ਲੇਕਿਨ ਹਾਂਡੀ ਦੇ ਮੁਤਾਬਕ ਬਿਲਕੁਲ ਸਹੀ ਆ, ਯਾਨੀ ਕਿ ਜਿੰਨਾ ਕੁ ਚਾਹੀਦਾ ਸੀ ਨੇ ਉੱਨੀ ਕੁ ਤੇਰੀ ਮਾਸ਼ਾਅੱਲਾ ਹੈਗੀ ਆ, ਯਾਨੀ ਕਿ ਬਿਲਕੁਲ ਘੱਟ ਵੀ ਨਹੀਂ ਆ, ਵੈਸੇ ਥੋੜ੍ਹਾ ਕੁ ਘੱਟ ਹੈਗਾ ਸਹੀ, ਕੋਲੇ ਦੇਖ ਕੇ ਪਿਆਰੇ ਉੱਦਾਂ ਮਾਸ਼ਾਅੱਲਾ, ਵੈਸੇ ਮਤਲਬ ਇਹਦੇ ਮੁਤਾਬਕ ਬਿਲਕੁਲ ਸਹੀ ਆ ਮਾਸ਼ਾਅੱਲਾ, ਦੇਖੋ ਕਿੰਨੇ ਪਿਆਰੇ ਬਣ ਗਏ ਸਹੀ, ਇਹ ਮਾਸ਼ਾਅੱਲਾ ਮੈਂ ਗੁੰਨ ਕੇ ਰੱਖਿਆ ਹੋਇਆ, ਅਤੇ ਹੁਣ ਮੈਂ ਨਾਲ ਰੋਟੀਆਂ ਪਕਾਉਂਦੀ ਹਾਂ। ਅੱਛਾ ਜੀ ਇਹ ਕੋਲੇ ਰੱਖ ਦਿੱਤੇ, ਫਿਰ ਮਿੱਟੀ ਪਾ ਕੇ ਅਤੇ ਦੂਸਰੇ ਰੱਖ ਦੇਣੇ, ਅਤੇ ਸਵੇਰ ਤਾਂ ਹੀ ਬੁੱਝ ਜਾਣੇ, ਹੋਰ ਵੀ ਅੱਧੇ ਘੰਟੇ ਨੂੰ ਮੈਂ ਕੱਢ ਲਵੇ। ਬੇਗਮ ਸਾਹਿਬ ਨੇ ਅੱਧਾ ਗੱਟੂ ਕੋਲਿਆਂ ਦਾ ਬਣਾ ਲਿਆ, ਫਿਰ ਇਵੇਂ ਕਰਕੇ ਨਾ ਅਸੀਂ ਕੋਲੇ ਬਣਾ ਬਣਾ ਕੇ ਰੱਖ ਲਈਦੇ, ਫਿਰ ਇਸਤਰੀ ਨੂੰ ਕੰਮ ਦਿੰਦੇ, ਯਾਨੀ ਕਿ ਇਸਤਰੀ ਵਿਖਾ ਕੇ ਅਤੇ ਫਿਰ ਕੋਲਿਆਂ ਨਾਲ ਕੱਪੜੇ ਇਸਤਰੀ ਕਰ ਲਈਦੇ। ਅੱਛਾ ਜੀ ਸ਼ਾਮ ਦਾ ਟਾਈਮ ਹੋ ਗਿਆ, ਮੈਂ ਕਿਹਾ ਚਲੋ ਮੈਂ ਯਾਨੀ ਕਿ ਚਾਰ ਪਾਈਆਂ ਸਿੱਧੀਆਂ ਕਰ ਲਵਾਂ, ਅਤੇ ਬੇਗਮ ਸਾਹਿਬ ਬਣਾਉਣ ਲੱਗੀ ਆ ਦੂਸਰਾ ਰੋਟੀ, ਅਤੇ ਮੈਂ ਕਿਹਾ ਚਲੋ ਮੈਂ ਨਾਲ ਨਾਲ ਇਹ ਕੰਮ ਨਿਬੇੜ ਦੇਵਾਂ, ਅਤੇ ਉਹ 'ਤੇ ਹੁਣ ਕੇਸ ਲਿਆ ਕੇ ਹੋਰ ਪਾਉਣਾ ਮੈਂ, ਅਤੇ ਇਸ 'ਤੇ ਕੇਸ ਰੱਖਾਂਗੇ ਹੋਰ, ਸਿਰਾਣੇ ਹੋ ਗਏ, ਬਿਸਤਰਾ ਹੋ ਗਿਆ, ਸ਼ਾਮ ਦਾ ਟਾਈਮ ਹੋ ਗਿਆ, ਕਲੀਅਰ ਸ਼ਾਮ ਦਾ ਟਾਈਮ ਹੋ ਗਿਆ, ਮੈਂ ਬਰਫ਼ ਲਿਆਇਆ ਸੀਗਾ, ਅਤੇ ਬਰਫ਼ ਕੂਲਰ 'ਚ ਪਾਤੀ ਉੱਤੇ ਦੇ ਦੇਣਾ ਢੱਕਣ, ਅਤੇ ਬਾਕੀ ਸੌਦੇ ਵੀ ਮੈਂ ਲੈ ਕੇ ਆਇਆ, ਉਹ ਵੀ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦਾ। ਮੈਂ ਸੌਦੇ ਲੈ ਕੇ ਆਇਆ ਸੀਗਾ, ਅਤੇ ਆ ਹੈਗਾ ਘੀ ਅਤੇ ਮਿਰਚਾਂ, ਅਤੇ ਆਹ ਥੋੜ੍ਹੀ ਸੂਜੀ ਆ, ਅਤੇ ਬਾਕੀ ਸਾਬਣ, ਅਤੇ ਅਸੀਂ ਹੁਣ ਲੱਗੇ ਹਾਂ ਰੋਟੀ ਖਾਣ। ਮਾਸ਼ਾਅੱਲਾ 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 ਬਹੁਤ ਪਿਆਰਾ ਸਾਲਣ ਬਣਿਆ, ਅਤੇ ਰੋਟੀ ਅੱਜ ਦੀ ਵੀਡੀਓ ਸੇਨੀ ਸੀ, ਇਨਸ਼ਾਅੱਲਾ ਨੈਕਸਟ ਵੀਡੀਓ ਕੇ ਸਾਥ ਫਿਰ ਮੁਲਾਕਾਤ ਹੋਗੀ, ਤਬ ਤੱਕ ਕੇ ਲਈ ਆਪਣਾ ਔਰ ਆਪਣੇ ਪਿਆਰੋਂ ਕਾ ਬਹੁਤ ਸਾਰਾ ਖਿਆਲ ਰੱਖੀਗਾ, ਓਕੇ ਅੱਲਾ ਹਾਫਿਜ਼ ਟਾਟਾ।